ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਧਾਰਨਾ, ਫਿਜ਼ੀਓਥੈਰੇਪਿਸਟ, ਪਾਵਰਾ ਸਿੰਘ ਹੋਮ ਤੋਂ। ਅੱਜ ਆਪਾਂ ਇੱਕ ਨਵੇਂ ਟੌਪਿਕ ਨੂੰ ਲੈ ਕੇ ਡਿਸਕਸ ਕਰਾਂਗੇ, ਜਿਹਨੂੰ ਆਪਾਂ ਬੋਲਦੇ ਹਾਂ ਟੇਲ ਬੋਨ ਪੇਨ, ਜੋ ਕਿ ਅੱਜ ਕੱਲ੍ਹ ਕੋਮਨ ਹੀ ਸੁਣਿਆ ਹੋਊਗਾ ਵੀ, ਹੈ ਨਾ, ਲਾਈਕ ਆਪਣੀ ਸੋਸਾਇਟੀ 'ਚ ਜਾਂ ਆਪਣੇ ਆਸ ਪਾਸ ਫਰੈਂਡ ਸਰਕਲ ਦੇ ਵਿੱਚ, ਜਾਂ ਹੈ ਨਾ ਕਹਿ ਦਿੰਦੇ ਵੀ ਸਾਡੀ ਟੇਲ ਬੋਨ 'ਚ ਪੇਨ ਹੁੰਦਾ। ਸੋ ਬੇਸਿਕਲੀ ਟੇਲ ਬੋਨ ਪੇਨ ਵਿੱਚ ਹੁੰਦਾ ਕੀ ਹੈ? ਟੇਲਬੋਨ ਪੇਨ ਨੂੰ ਆਪਾਂ ਕੋਕਸੀਡਾਈਨੀਆ ਵੀ ਬੋਲ ਦਿੰਦੇ ਹਾਂ, ਕੋਕਸੈਲਜੀਆ ਵੀ ਬੋਲ ਦਿੰਦੇ ਹਾਂ, ਠੀਕ ਹੈ, ਜਿਹੜਾ ਆਪਣਾ ਬੇਸਿਕਲੀ ਕੋਕਿਕਸ ਹੈ ਉਹਦੇ ਵਿੱਚ ਪੇਨ ਹੋਣ ਲੱਗ ਜਾਂਦਾ। ਸੋ ਕੋਕਿਕਸ ਕੀ ਹੈ? ਜਿਹੜੀ ਆਪਣੀ ਸਪਾਈਨਲ ਕੋਲਮ ਹੈ, ਲਾਈਕ ਸਪਾਈਨਲ ਕੋਰਡ ਹੈ, ਹੈ ਨਾ, ਰੀੜ੍ਹ ਦੀ ਹੱਡੀ ਦਾ ਜਿਹੜਾ ਐਂਡ ਵਾਲਾ ਪਾਰਟ ਹੈ, ਬਿਲਕੁਲ ਆਪਾਂ ਲਾਈਕ ਲੰਬਰ ਜਿਹੜਾ ਲੋਅਰ ਬੈਕ ਤੋਂ ਨੀਚੇ ਹੈ, ਹੈ ਨਾ, ਉਹਨੂੰ ਆਪਾਂ ਕੋਕਿਕਸ ਬੋਲਦੇ ਹਾਂ। ਸੋ ਉਹਦੇ ਵਿੱਚ ਜਦੋਂ ਪੇਨ ਹੁੰਦਾ, ਲਾਈਕ ਜਦੋਂ ਆਪਣੇ ਬਟਕਸ ਦੇ ਵਿੱਚ ਪੇਨ ਹੁੰਦਾ, ਉਹਨੂੰ ਆਪਾਂ ਟੇਲਬੋਨ ਪੇਨ ਔਰ ਕੋਕਿਕਸ ਪੇਨ ਜਾਂ ਕੋਕਸੀਡਾਈਨੀਆ ਬੋਲ ਦਿੰਦੇ ਹਾਂ। ਬੇਸਿਕਲੀ ਇਹ ਹੁੰਦਾ ਕਿਉਂ ਹੈ? ਇਹਦੇ ਵਿੱਚ ਜਦੋਂ ਮਤਲਬ ਕੋਈ ਵੀ ਲਾਈਕ ਕੋਈ ਵੀ ਇੰਡੀਵਿਜੁਅਲ ਹੈ ਜਾਂ ਕੋਈ ਵੀ ਪਰਸਨ ਹੈ, ਹੈ ਨਾ, ਲੌਂਗ ਟਾਈਮ ਤੱਕ ਸਿਟਿੰਗ ਕਰ ਰਿਹਾ, ਲੌਂਗ ਟਾਈਮ ਤੱਕ ਉਹਦੀ ਬਹੁਤ ਜ਼ਿਆਦਾ ਸਿਟਿੰਗ ਹੋ ਰਹੀ ਹੈ, ਤਾਂ ਉਹਦੇ ਜਿਹੜੇ ਕੋਕਿਕਸ ਹੈ ਉਹਦੇ ਵਿੱਚ ਪੇਨ ਹੋਣ ਲੱਗ ਜਾਂਦਾ, ਕਿਉਂਕਿ ਉਹਦੇ 'ਤੇ ਪ੍ਰੈਸ਼ਰ ਆਉਣ ਲੱਗ ਜਾਂਦਾ, ਜੋ ਬੇਸਿਕਲੀ ਕੋਕਿਕਸ ਵਾਲਾ ਏਰੀਆ ਜਾਂ ਬਟਕਸ ਵਾਲਾ ਏਰੀਆ, ਉਹਦੇ 'ਤੇ ਕੰਟੀਨਿਊ ਪ੍ਰੈਸ਼ਰ ਹੋਣ ਦੇ ਕਾਰਨ ਇਹਦਾ ਪੇਨ ਫਿਰ ਪਰਸਿਸਟ ਕਰਦਾ। ਸਟਾਰਟਿੰਗ ਦੇ ਵਿੱਚ ਪੇਨ, ਹੈ ਨਾ, ਲਾਈਕ ਬੀਅਰੇਬਲ ਹੋਊਗਾ, ਬਟ ਉਹ ਜਦੋਂ ਕੰਟੀਨਿਊ ਸੈਟਿੰਗ ਕਰਕੇ ਪ੍ਰੈਸ਼ਰ ਪਈ ਜਾ ਰਿਹਾ ਉਹ ਉਸ ਏਰੀਏ 'ਤੇ ਜਾਂ ਉਸ, ਹੈ ਨਾ, ਕੋਕਿਕਸ ਵਾਲਾ ਰੀਜਨ ਹੈ ਜੋ, ਸੋ ਉਹਦੇ ਨਾਲ ਫਿਰ ਪੇਨ ਪਰਸਿਸਟ ਕਰਨ ਲੱਗ ਜਾਂਦਾ। ਕਈ ਵਾਰੀ ਪੇਨ ਬੀਅਰੇਬਲ ਤੋਂ ਅਨਬੀਅਰੇਬਲ ਸਿਚੁਏਸ਼ਨ ਤੱਕ ਆ ਜਾਂਦਾ। ਸੋ ਇਹਦੇ ਵਿੱਚ ਲਾਈਕ ਹੁਣ ਜਦੋਂ ਵੀ ਪੇਸ਼ੈਂਟ ਜਦੋਂ ਇੱਕ ਤਾਂ, ਹੈ ਨਾ, ਬੇਸਿਕਲੀ ਜੋ ਮੇਨ ਇਹਦਾ ਸਿਮਟਮ ਹੈ ਇਹੀ ਹੈ, ਜਦੋਂ ਪੇਸ਼ੈਂਟ ਲੌਂਗ ਟਾਈਮ ਤੱਕ ਸੈਟਿੰਗ ਕਰਦਾ ਕੋਈ ਵੀ ਹਾਰਡ ਸਰਫੇਸ 'ਤੇ ਜਾਂ, ਹੈ ਨਾ, ਨੈਰੋ ਆਪਾਂ ਤੰਗ ਜਿਹੀ ਜਗ੍ਹਾ 'ਤੇ ਬਹੁਤ ਲੰਬੇ ਟਾਈਮ ਤੱਕ ਬੈਠ ਜਾਂਦੇ ਹਾਂ, ਉਹਦੇ ਨਾਲ ਵੀ ਪੇਨ ਹੋਣ ਲੱਗ ਜਾਂਦਾ। ਜਾਂ ਜਦੋਂ ਮਤਲਬ ਪੇਨ ਬਹੁਤ ਜ਼ਿਆਦਾ ਹੋ ਜਾਂਦਾ, ਫਿਰ ਜਦੋਂ ਆਪਾਂ ਸਿਟਿੰਗ ਤੋਂ ਆਪਣੀ ਕੋਈ ਵੀ ਪੋਜੀਸ਼ਨ ਚੇਂਜ ਕਰਦੇ ਹਾਂ, ਸਿਟਿੰਗ ਤੋਂ ਸਟੈਂਡਿੰਗ ਕਰਦੇ ਹਾਂ ਜਾਂ ਕੁਛ ਵੀ ਆ, ਉਹਦੇ ਕਰਕੇ ਵੀ ਪੇਨ ਰਹਿੰਦਾ ਹੈ। ਬੇਸਿਕਲੀ ਇਹਦੇ ਸਿਮਟਮਸ ਇਹੀ ਹੈ ਕਿ ਜਦ ਆਪਾਂ ਲੌਂਗ ਟਾਈਮ ਤੱਕ ਸੈਟਿੰਗ ਕਰਦੇ ਹਾਂ ਜਾਂ ਜਿਹੜੇ ਸੈਟਿੰਗ ਜੋਬ ਵਾਲੇ ਨੇ ਉਹਨਾਂ ਦੇ ਵਿੱਚ ਪੇਨ ਹੁੰਦਾ। ਸੋ ਇਹਦੇ ਕੋਜ਼ਸ ਕੀ ਹੋਣਗੇ? ਕੋਜ਼ਸ ਦੇ ਵਿੱਚ ਕੀ ਆਉਂਦਾ? ਕੋਈ ਵੀ ਟਰੋਮਾ ਹੋ ਰਿਹਾ, ਹੈ ਨਾ, ਲਾਈਕ ਟਰੋਮਾ ਦੇ ਵਿੱਚ ਕੋਈ ਵੀ ਇੰਜਰੀ ਹੈ ਜਾਂ, ਹੈ ਨਾ, ਪੇਸ਼ੈਂਟ ਫਾਲ ਹੋ ਗਿਆ, ਜਦੋਂ ਆਪਾਂ ਬੈਕ ਦੇ ਭਾਰ ਗਿਰਦੇ ਹਾਂ ਉਹਦੇ ਕਾਰਨ ਵੀ ਆਪਣੀ, ਹੈ ਨਾ, ਬੈਕ 'ਤੇ ਇੰਜਰੀ ਹੋਈ ਹੈ ਜਾਂ ਕੁਛ ਵੀ ਹੈ, ਹੈ ਨਾ, ਜਦੋਂ ਫਾਲ ਹੀ ਹੋ ਗਿਆ, ਟਰੋਮਾ ਹੀ ਹੋ ਗਿਆ, ਤਾਂ ਇਨ ਸ਼ਾਰਟ ਬੇਸਿਕਲੀ ਬੈਕ ਪੇਨ ਪਰਸਿਸਟ ਕਰਦੀ ਹੈ ਜਾਂ ਕੋਕਿਕਸ ਵਾਲਾ ਪੇਨ ਆਪਣਾ ਨੀਚੇ ਲੱਗਦਾ ਉਹਦੇ ਕਰਕੇ ਵੀ ਪੇਨ ਰਹਿੰਦੀ ਹੈ। ਹਾਂ, ਇੰਟਰਨਲ ਟਰਾਮਾ ਜੇ ਆਪਾਂ, ਹੈ ਨਾ, ਕੰਟੀਨਿਊ ਸੈਟਿੰਗ ਕਰੀ ਜਾ ਰਹੇ ਹਾਂ ਉਹਦੇ 'ਤੇ ਕੰਟੀਨਿਊ ਪ੍ਰੈਸ਼ਰ ਪਈ ਜਾ ਰਿਹਾ ਉਹਦੇ ਕਰਕੇ ਵੀ ਪੇਨ ਪਰਸਿਸਟ ਕਰਦੀ ਹੈ। ਜਾਂ ਇਨ ਕੇਸ ਕੁਛ ਵੀ ਰੈਲੇਵੈਂਟ ਕੋਈ ਵੀ ਡਿਸਕ ਡਿਜ਼ੀਜ਼ ਹੋ ਗਈ ਜਾਂ, ਹੈ ਨਾ, ਡੀਜਨਰੇਟਿਵ ਏਜ ਦੇ ਵਿੱਚ ਜਦੋਂ, ਹੈ ਨਾ, ਡਿਸਕ ਡਿਜ਼ੀਜ਼ ਹੋ ਜਾਂਦੇ ਆ ਜਾਂ ਕੋਈ ਵੀ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਉਹਦੇ ਕਰਕੇ ਵੀ ਪੇਨ ਪਰਸਿਸਟ ਕਰ ਸਕਦਾ ਹੈ। ਸੋ ਇਹਦੇ ਵਿੱਚ ਆਪਾਂ ਟ੍ਰੀਟਮੈਂਟ ਕੀ ਕਰ ਸਕਦੇ ਹਾਂ? ਟ੍ਰੀਟਮੈਂਟ ਬੇਸਿਕਲੀ ਇਹਦੇ ਵਿੱਚ ਕੰਜ਼ਰਵੇਟਿਵ ਟ੍ਰੀਟਮੈਂਟ ਵੀ ਆ ਜਾਂਦਾ, ਲਾਈਕ, ਹੈ ਨਾ, ਇਨਫੈਕਸ਼ਨ, ਇਨ ਕੇਸ ਆਫ ਇਨਫੈਕਸ਼ਨ, ਜੇ ਇਨਫੈਕਸ਼ਨ ਦੇ ਕਾਰਨ ਆਪਾਂ ਨੂੰ ਕੋਕਿਕਸ ਪੇਨ ਹੋ ਰਹੀ ਹੈ, ਦੈਨ ਆਪਾਂ ਉਹਦੇ ਵਿੱਚ ਮੈਡੀਸਨ ਟ੍ਰੀਟਮੈਂਟ ਲੈ ਲੈਂਦੇ ਹਾਂ, ਐਂਟੀਬਾਇਓਟਿਕਸ, ਹੈ ਨਾ, ਕਾਇੰਡ ਆਫ, ਜਾਂ ਕੋਈ ਵੀ ਪੇਨ ਰਿਲੀਵਿੰਗ ਜਾਂ ਪੇਨ ਰਿਲੀਵਿੰਗ ਮੈਡੀਸਨਸ ਨਾਲ ਟ੍ਰੀਟ ਕਰ ਸਕਦੇ ਹਾਂ। ਜਾਂ ਫਿਰ ਫਿਜ਼ੀਓਥੈਰੇਪੀ, ਫਿਜ਼ੀਓਥੈਰੇਪੀ ਦਾ ਬੇਸਿਕਲੀ ਇਹਦੇ ਵਿੱਚ ਰੋਲ ਥੋੜ੍ਹਾ, ਆਪਾਂ ਜੇ ਆਪਾਂ ਕਹੀਏ ਤਾਂ ਫਿਜ਼ੀਓਥੈਰੇਪੀ ਇੰਪੋਰਟੈਂਟ ਹੈ ਕੋਕਿਕਸ ਪੇਨ ਦੇ ਵਿੱਚ। ਬੇਸਿਕਲੀ ਫਿਜ਼ੀਓਥੈਰੇਪਿਸਟ ਕੀ ਕਰਦਾ ਹੈ, ਨਾ, ਇਨ ਕੇਸ ਆਫ ਮਤਲਬ ਬਹੁਤ ਜ਼ਿਆਦਾ ਪੇਨ ਹੈ, ਦੈਨ ਆਪਾਂ ਉਹਨਾਂ ਨੂੰ ਲਾਈਕ ਟ੍ਰੀਟਮੈਂਟ ਦਿੰਦੇ ਹਾਂ, ਮੋਡੈਲਿਟੀਜ਼, ਹੈ ਨਾ, ਲਾਈਕ ਪੇਨ ਰਿਲੀਵਿੰਗ ਮੋਡੈਲਿਟੀਜ਼, ਟੈਂਸ, IFT ਹੋ ਗਿਆ, ਹੀਟ ਪੈਡ, ਕੋਲਡ ਪੈਕ ਹੋ ਗਿਆ। ਇਹਦੇ ਨਾਲ ਕੀ ਹੁੰਦਾ, ਜਿਹੜੀ ਸਟਿਫਨੈਸ ਹੈ, ਹੈ ਨਾ, ਜਾਂ ਸਪਾਜ਼ਮ ਹੈ, ਉਹ ਰਿਡਿਊਸ ਹੋ ਜਾਂਦਾ। ਲਾਈਕ ਇਹਦੇ ਵਿੱਚ ਆਪਾਂ ਹੀਟ ਪੈਡ ਵੀ ਰੱਖ ਸਕਦੇ ਹਾਂ, ਬਟ ਇਨ ਕੇਸ ਸਵੈਲਿੰਗ ਹੈ, ਦੈਨ ਵੀ ਕੈਨ ਗੋ ਫੋਰ ਆਈਸ ਪੈਕ। ਸੋ ਉਹਦੇ ਨਾਲ ਕਾਫੀ ਹੱਦ ਤੱਕ ਪੇਨ ਰਿਲੀਵ ਹੋ ਜਾਂਦਾ। ਸੋ ਨੈਕਸਟ ਪੇਨ ਰਿਲੀਵਿੰਗ ਮੋਡੈਲਿਟੀਜ਼ ਆ ਅਲਟਰਾਸਾਊਂਡ, ਅਲਟਰਾਸਾਊਂਡ ਨਾਲ ਵੀ, ਹੈ ਨਾ, ਲਾਈਕ ਕੋਈ ਵੀ ਇੰਜਰੀ ਹੈ ਜਾਂ ਕੁਛ ਟਰੋਮਾ ਉਹ ਹੀਲ ਹੋ ਜਾਂਦਾ। ਉਸ ਤੋਂ ਬਾਅਦ ਬੇਸਿਕਲੀ ਆਪਾਂ ਐਕਸਰਸਾਈਜ਼ ਸਟਰੈਂਥਨਿੰਗ ਜਾਂ ਸਟ੍ਰੈਚਿੰਗ ਐਕਸਰਸਾਈਜ਼ ਹੋ ਗਿਆ, ਜੋ ਆਪਣੇ ਬੈਕ ਦੇ ਮਸਲਸ ਨੂੰ ਸਟਰੋਂਗ ਕਰਨਗੇ, ਹੈ ਨਾ, ਜਾਂ ਰਿਲੀਫ ਕਰਨਗੇ ਜੋ ਮਸਲਸ ਹੈ, ਹੈ ਨਾ, ਉਹਨਾਂ ਨੂੰ ਰਿਲੈਕਸ ਕਰਨਗੇ। ਸੋ ਬੇਸਿਕਲੀ ਪ੍ਰੋਟੋਕੋਲ ਸੇਮ, ਲਾਈਕ ਫਿਜ਼ੀਓਥੈਰੇਪਿਸਟ ਮਤਲਬ ਦਾ ਕਾਫੀ ਰੋਲ ਹੈ ਇਹ ਕੰਡੀਸ਼ਨ ਨੂੰ ਟ੍ਰੀਟ ਕਰਨ ਦੇ ਵਿੱਚ। ਸੋ ਇਹਦੇ ਵਿੱਚ ਆਪਾਂ ਪ੍ਰੀਕੋਸ਼ਨਸ ਕੀ ਦਿੰਦੇ ਹਾਂ ਪੇਸ਼ੈਂਟ ਨੂੰ? ਲਾਈਕ ਪ੍ਰੀਕੋਸ਼ਨਸ ਦੇ ਵਿੱਚ ਆਪਾਂ ਪੇਸ਼ੈਂਟ ਨੂੰ ਇਹ ਐਡਵਾਈਸ ਕਰਦੇ ਹਾਂ ਕਿ ਤੁਸੀਂ ਕੋਸ਼ਿਸ਼ ਕਰੋ ਲੌਂਗ ਟਾਈਮ ਤੱਕ ਤੁਹਾਡੀ ਸਿਟਿੰਗ ਨਾ ਹੋਵੇ, ਠੀਕ ਹੈ, ਜਾਂ ਤੁਸੀਂ ਆਪਣੀ ਬੋਡੀ ਨੂੰ ਇੰਨਾ ਕੁ ਲਾਈਕ ਬੋਡੀ ਨੂੰ ਇੰਨਾ ਕੁ ਫਲੈਕਸੀਬਲ ਕਰੋ ਜਾਂ, ਹੈ ਨਾ, ਸਟ੍ਰੈਚਿੰਗ ਜਾਂ ਸਟਰੈਂਥਨਿੰਗ ਐਕਸਰਸਾਈਜ਼ ਕਰੋ, ਸੋ ਦੈਟ ਤੁਹਾਡੇ ਬੈਕ ਦੇ ਜਿਹੜੇ ਮਸਲਸ ਹੈ
ਉਹ ਤੁਹਾਡੀ ਕੰਡੀਸ਼ਨ ਨੂੰ ਟੋਲਰੇਟ ਕਰ ਸਕਣ। ਜਾਂ ਇਹਦੇ ਵਿੱਚ ਆਪਾਂ ਇੱਕ ਐਡਵਾਈਸ ਇਹ ਵੀ ਕਰਦੇ ਹਾਂ ਕਿ ਜੇ ਤੁਹਾਡੀ ਲੌਂਗ ਟਾਈਮ ਤੱਕ ਸਿਟਿੰਗ ਹੈ ਹੀ ਹੈ, ਹੈ ਨਾ, ਨੋ ਡਾਊਟ ਤੁਹਾਡਾ ਪ੍ਰੋਫੈਸ਼ਨ ਇੱਦਾਂ ਦਾ, ਦੈਨ ਇੱਕ ਕੁਸ਼ਨ ਆਉਂਦਾ ਸੋਫਟ ਕੁਸ਼ਨ, ਉਹਦੇ 'ਤੇ ਬੈਠੋ। ਵੈਸੇ ਤਾਂ ਕੋਸ਼ਿਸ਼ ਇਹ ਕਰੋ ਕਿ ਲੌਂਗ ਟਾਈਮ ਤੱਕ ਸਿਟਿੰਗ ਅਵੋਇਡ ਹੋਵੇ, ਵਿੱਚ ਵਿੱਚ ਹੈ ਨਾ ਤੁਸੀਂ ਉੱਠ ਕੇ ਵਾਕ ਜਾਂ ਸਮਥਿੰਗ ਇੱਦਾਂ ਦਾ ਕੁਛ ਕਰੋ, ਸੋ ਦੈਟ ਤੁਹਾਡੀ ਜਿਹੜੀ ਬੋਡੀ ਪੋਸਚਰ ਆ ਉਹ ਰਿਲੈਕਸ ਹੋ ਜਾਵੇ। ਇਨ ਕੇਸ ਨਹੀਂ ਹੋ ਸਕਦਾ ਦੈਨ ਵੀ ਕੈਨ ਗੋ ਫੋਰ ਕੁਸ਼ਨ। ਉਹਦੇ ਨਾਲ ਕੀ ਹੋਊਗਾ, ਸੋ ਜਿਹੜਾ ਤੁਹਾਡਾ ਪ੍ਰੈਸ਼ਰ ਹੈ ਸੈਟਿੰਗ ਨਾਲ, ਹੈ ਨਾ, ਬਟਕਸ 'ਤੇ ਪ੍ਰੈਸ਼ਰ ਆ ਰਿਹਾ ਉਹ ਨਹੀਂ ਆਏਗਾ। ਕੁਸ਼ਨ ਕੀ ਕਰੇਗਾ, ਉਹਨੂੰ ਪ੍ਰੋਵਾਈਡ ਕਰੇਗਾ, ਤੁਹਾਨੂੰ ਸਪੋਰਟ ਪ੍ਰੋਵਾਈਡ ਕਰੇਗਾ, ਸੋ ਦੈਟ ਉਹਦੇ 'ਤੇ ਪ੍ਰੈਸ਼ਰ ਨਾ ਆਵੇ। ਸੋ ਡੈਟਸ ਇਟ, ਹੈ ਨਾ। ਕੋਕਸੀਡਾਈਨੀਆ ਦਾ ਇਹੀ ਸੀਗਾ ਕਿ ਜੋ ਸਿਟਿੰਗ ਵਾਲੇ ਆ, ਹੈ ਨਾ, ਜਾਂ ਜਿਨ੍ਹਾਂ ਦੀ ਸਿਟਿੰਗ ਜੋਬ ਹੈ ਜਾਂ ਜਿਨ੍ਹਾਂ ਦਾ ਸਿਟਿੰਗ ਕਾਫੀ ਲੌਂਗ ਟਾਈਮ ਤੱਕ ਹੁੰਦੀ ਹੈ, ਸੋ ਉਹਨਾਂ ਦੇ ਵਿੱਚ ਜੋ ਪੇਨ ਰਹਿੰਦੀ ਹੈ ਉਹਦੇ ਬਾਰੇ ਸੀ ਇਹ। ਸੋ ਪਲੀਜ਼ ਟੇਕ ਕੇਅਰ ਅਬਾਊਟ ਇਟ ਐਂਡ ਥੈਂਕ ਯੂ।